ਸਰ ਸੇਮ ਸਿੰਘ ਪੰਗੂ ਦੀ ਕਹਾਣੀ ਕਿਰਤ ਦੀ ਮਹਿਮਾ ਦਾ ਬਾਕੀ ਦਾ ਭਾਗ ਤਦ ਹੀ ਅਜਿਹੀਆਂ ਗੱਲਾਂ ਕਰਦੇ ਆਂ ਰੋਮਾਂਚ ਨਾਲ ਭਰ ਜਾਂਦਾ ਸੀ ਪਰ ਹੁਣ ਸਭ ਕੁਝ ਬੀਤੇ ਵੇਲੇ ਦੀਆਂ ਗੱਲਾਂ ਬਣ ਕੇ ਰਹਿ ਗਿਆ ਸੀ ਪਰ ਛਾਵਾਂ ਤਾਂ ਕਦੇ ਦਾ ਲੋਪ ਹੋ ਚੁੱਕਿਆ ਸੀ ਬੁਲਟ ਦੀ ਜਗ੍ਹਾ ਪੁਰਾਣਾ ਸਾਈਕਲ ਸੀ ਬਾਪ ਦੀ ਖੁਦਕੁਸ਼ੀ ਨੇ ਸਭ ਕੁਝ ਭੁਲਾ ਕੇ ਰੱਖ ਦਿੱਤਾ ਸੀ ਪੁੱਤਾਂ ਵਾਂਗ ਸਾੰਬਿਆ ਫੋਰਡ ਉਹਨਾਂ ਪਹਿਲੀਆਂ ਚ ਵਗਦਾ ਵਿਉ ਵਿਖਾ ਲਈ ਦਿੰਦਾ ਜੋ ਹੁਣ ਉਹਦੀਆਂ ਨਹੀਂ ਸਨ ਇਹ ਤਾਂ ਕੁਰਕੀ ਮੌਕੇ ਹੀ ਤਹਿਸੀਲਦਾਰ ਤੋਂ ਸਿੱਧੂ ਸਰਦਾਰ ਨੇ ਲਿਮਟ ਦੇ ਸਾਰੇ ਪੈਸੇ ਤਾਰ ਕੇ ਸਣੇ ਟਰੈਕਟਰ ਆਪਣੇ ਨਾਂ ਇੰਤਕਾਲ ਕਰਵਾ ਲਿਆ ਸੀ ਯਾਰ ਬਰਾੜ ਨੂੰ ਇਹ ਕਹਿ ਕੇ ਸਹਿਮਤ ਕਰ ਲਿਆ ਸੀ ਜੇ ਪਿੰਡ ਬਹਿ ਕੇ ਕੁਰਕੀ ਹੋਈ ਪੱਲੇ ਕੁਝ ਨਹੀਂ ਰਹਿਣਾ ਤੂੰ ਪਹਿਲੀ ਵਾਈ ਜਾ ਹੌਲੀ ਹੌਲੀ ਪੈਸੇ ਜਦੋਂ ਨਿਭੜ ਜਾਣਗੇ ਮੈਂ ਤੈਨੂੰ ਦੁਬਾਰਾ ਰਜਿਸਟਰੀ ਕਰ ਦੇਵਾਂਗਾ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਯਾਰ ਅਸਾਂ ਕੁਝ ਵੰਡੇ ਆ ਜੋ ਫੋਕਾ ਦਲਾਸਾ ਨਿਕਲਿਆ ਸੀ ਆਪਣੀ ਜ਼ਮੀਨ 'ਚ ਹਿੱਸੇ ਤੇ ਖੇਤੀ ਕਰਦਿਆਂ ਹਰੇਕ ਫਸਲ ਵੇਲੇ ਹਿਸਾਬ ਕਰਕੇ 6696 ਵਿਆਜ ਦੇ 4 ਪੂਰਾ 100 ਵਾਲੇ ਚੱਕਰ 'ਚੋਂ ਸੁਲੱਖਣ ਸਿੰਘ ਬਰਾੜ ਆੜਤੀਏ ਦੇ ਕਰਜ਼ੇ ਤੋਂ ਨਿਜਾਤ ਨਾ ਪਾ ਸਕਿਆ। ਗੱਭਰੂ ਹਰਬੀਰ ਯਾਰਾਂ ਦੋਸਤਾਂ ਨਾਲ ਮਸਤ ਰਿਆ। ਬਾਪ ਦੀ ਮੌਤ ਦਾ ਰਾਜ ਇੱਕ ਦਿਨ ਦੁਖੀ ਹੋਈ ਮਾਂ ਨੇ ਯਾਰਾਂ ਦੀ ਮਹਿਫਿਲ 'ਚੋਂ ਮੁੜੇ ਹਰਬੀਰ ਨੂੰ ਕਹਿ ਦਿੱਤਾ ਤੂੰ ਵੀ ਪਿਓ ਵਾਲੇ ਚਾਲੇ ਫੜੇ ਹੋਏ ਨੇ ਵੇਖੀ ਕਿਦਰੇ ਕੋਈ ਕਸਰ ਬਾਕੀ ਨਾ ਰਹਿ ਜਾਏ ਮੈਂ ਡੈਡੀ ਵਾਂਗ ਬੁੱਸਦਿਲ ਨਹੀਂ ਆਤਮ ਹੱਤਿਆ ਕਾਇਰ ਕਰਦੇ ਨੇ ਸ਼ਰਾਬੀ ਹੋਏ ਹਰਬੀਰ ਤੋਂ ਕਹਿ ਹੋ ਗਿਆ ਹਰਬੀਰ ਨੂੰ ਪਿਤਾ ਵੱਲੋਂ ਅਪਣਾਇਆ ਇਹ ਰਾਹ ਚੰਗਾ ਨਹੀਂ ਲੱਗਾ ਸੀ ਉਹਨੂੰ ਬਾਪੂ ਵੱਲੋਂ ਚੁੱਕੇ ਕਦਮ ਦਾ ਹਾਲੇ ਵੀ ਗਿਲਾ ਸੀ ਇਹ ਵੀ ਇੱਕ ਨਰਵਾ ਸੱਚ ਹੈ ਕਿ ਮਨੁੱਖ ਆਪਣੀਆਂ ناکਾਮੀਆਂ ਨੂੰ ਨਸ਼ੇ 'ਚ ਡੋਬ ਕੇ ਸਹਾਰਾ ਭਾਲਦਾ ਹੈ ਜਦੋਂ ਮਾਂ ਨੇ ਕਿਹਾ ਤੇਰੇ ਬਾਪ ਨੇ ਟੜਕੇ ਫਾਹਾ ਲੈਣ ਵਾਲੀ ਰਾਤ ਦੱਸਿਆ ਸੀ ਕਿ ਸਿੱਧੂ ਧੋਖੇबाज ਨਿਕਲਿਆ ਹੁਣ ਕਹਿੰਦਾ ਪਿਆਲੀ ਸਾਨੂੰ ਵਾਰਾ ਨਹੀਂ ਖਾਂਦੀ ਸਾਡੀ ਤਾਂ ਰਕਮ ਤਾਰੀ ਦਾ ਵਿਆਜ ਨਹੀਂ ਮੁੜਦਾ ਹਿੱਸੇ ਚ ਇਸ ਵਾਰੀ ਹਾੜੀ ਤੁਸੀਂ ਆ ਅਸੀਂ ਆਪ ਵਿੱਜਾਂਗੇ ਜਵਾਨ ਮੁੰਡੇ ਨਹੀਂ ਮੰਨਦੇ ਹੁਣ ਮੇਰੀ ਵੈਸੇ ਮੈਂ ਔਖੇ ਸੌਖੇ ਵੇਲੇ ਗਰਜ ਲਈ ਭੱਜਾਂ ਨਹੀਂ ਸਾਰੀ ਤਸਵੀਰ ਸਾਫ਼ ਹੋਣ ਤੇ ਹਰਬੀਰ ਨੇ ਬਾਪ ਦੀ ਮੌਤ ਦਾ ਜ਼ਿੰਮੇਵਾਰ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਤਾ ਸੀ ਕਿਉਂਕਿ ਪੁੱਤਰ ਹੋਣ ਦਾ ਫਰਜ਼ ਉਹਨੇ ਪਛਾਣਿਆ ਹੀ ਨਹੀਂ ਸੀ ਸਿਵਾਏ ਐਸ਼ ਕਰਨ ਦੇ ਪੜਿਆ ਵੀ ਘੱਟ ਵੱਧਦੀ ਸੀ ਇੰਜੀਨੀਅਰਿੰਗ ਦਾ ਦਾਖਲਾ ਤਾਂ ਨਾ ਮੱਤਰੀ ਸੀ ਹਰਬੀਰ ਪਿੰਡ ਨੂੰ ਤੁਰਿਆ ਆਉਂਦਾ ਸੋਚ ਰਿਹਾ ਸੀ ਭਈਆਂ ਨੂੰ ਅਸੀਂ ਕਿਵੇਂ ਭੈੜੀ ਨਿਗਾਹ ਨਾਲ ਵੇਖਦੇ ਆ ਤੇ ਉਹ ਕਿਵੇਂ ਆਪਣੇ ਮਾਪਿਆਂ ਲਈ ਅੱਧੇ ਭੁੱਖੇ ਰਹਿ ਰਹਿ ਕੇ ਜ਼ਮੀਨ ਤੇ ਸੌਂ ਕੇ ਪੈਸੇ ਜੋੜਦੇ ਆ ਕਿੰਨਾ ਦੁੱਖ ਲੱਗਾ ਸੀ ਉਹਨੂੰ ਜਦੋਂ ਬੈਂਕ ਵਾਲੇ ਬੁਲਟ ਚੁੱਕ ਕੇ ਲੈ ਗਏ ਸੀ ਜਿਵੇਂ ਸਭ ਸਰਦਾਰੀਆਂ ਖਤਮ ਹੋ ਗਈਆਂ ਹੁਣ ਉਸ ਤੋਂ ਬਾਅਦ ਹਰਬੀਰ ਕਾਲਜ ਨਹੀਂ ਗਿਆ ਪਰ ਢਿੱਡ ਨੇ ਤਾਂ ਖਾਣ ਨੂੰ ਮੰਗਣਾ ਸੀ ਮਾਂ ਕਿੰਨਾ ਕਚੇਰ ਮੰਗ ਮੰਗ ਕੇ ਸਾਰਦੀ ਭੈਣ ਵੱਲੋਂ ਹਰਬੀਰ ਸੁਰਖਰੂ ਸੀ ਕੋਈ ਕਾਰੋਬਾਰ ਚ ਚਲਾਉਣ ਲਈ ਭੈਣ ਭਣੋਈਏ ਤਾਂ ਕੋਈ ਮਦਦ ਮੰਗਣਾ ਉਹਦੇ ਜੱਟ ਜਟਾਉ ਪਣੇ ਨੂੰ ਮਹਿਣਾ ਸੀ ਪਿੰਡ ਚ ਕਿਸੇ ਹੋਰ ਕੋਠੀ ਦਾ ਕੰਮ ਠੇਕੇ ਤੇ ਲੈਣ ਕਰਕੇ ਇੱਕ ਦਿਨ ਰਾਮ ਵਿਲਾਸ ਠੇਕੇਦਾਰ ਘਰ ਆ ਗਿਆ ਘਰ ਦੀ ਹਾਲਤ ਉਹ ਤੋਂ ਗੁੱਝੀ ਨਹੀਂ ਸੀ ਕੁਰਕੀ ਦਾ ਵੀ ਉਹਨੂੰ ਪਤਾ ਸੀ ਗੱਲਾਂបਾਤਾਂ ਕਰਦੇ ਉਹਨੇ ਕਿਹਾ ਹਰਬੀਰ ਰਾਜ ਮਿਸਤਰੀ ਜਾਂ ਹੋਰ ਕੋਈ ਵੀ ਕੰਮ ਸਿੱਖ ਲੇ ਰਾਜ ਮਿਸਤਰੀ ਮੈਂ ਹਰਬੀਰ ਨੇ ਹੈਰਾਨੀ ਜ਼ाहिर ਕੀਤੀ ਹਾਂ ਹਾਂ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਸਿੱਖ ਕੇ ਵਿਦੇਸ਼ ਚਲੇ ਜਾਣਾ ਜਿਵੇਂ ਮੈਂ ਪੰਜਾਬ ਆ ਗਿਆ ਵਿਦੇਸ਼ ਤੋਂ ਮੈਂ ਜਾ ਨਹੀਂ ਸਕਦਾ ਜਿਵੇਂ ਠੇਕੇਦਾਰ ਨੇ ਆਪਣੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਵਿਦੇਸ਼ ਲਈ ਪੈਸੇ ਕਿੱਥੋਂ ਆਉਣਗੇ ਜ਼ਮੀਨ ਤਾਂ ਵਿਕ ਗਈ ਹਰਬੀਰ ਆਪਣੀ ਥਾਂ ਸੱਚਾ ਸੀ ਕੋਈ ਨਾ ਪਹਿਲੇ ਕੰਮ ਤੋਂ ਸਿੱਖ ਉਹ ਵੀ ਹੋ ਜਾਏਗਾ ਠੇਕੇਦਾਰ ਨੇ ਹੌਸਲਾ ਦਿੱਤਾ ਸੀ ਠੇਕੇਦਾਰ ਰਾਮ ਵਿਲਾਸ ਸੀ ਇੱਕ ਤਰ੍ਹਾਂ ਹਰਬੀਰ ਨੂੰ ਰੱਬ ਬਣ ਕੇ ਬੋੜਿਆ ਸੀ ਕੰਮ ਸਿੱਖਦੇ ਨੇ ਪਹਿਲੇ ਦਿਨ ਤੋਂ ਹੀ ਅੱਧੀ ਦਿਹਾੜੀ ਦੇਣੀ ਸ਼ੁਰੂ ਕਰਤੀ ਸੀ ਵਰਨਾ ਸਿੱਖਾੰਦਰੂ ਮੁੰਡੇ ਕਈ ਕਈ ਮਹੀਨੇ ਖੱਜਲ ਹੁੰਦੇ ਫਿਰਦੇ ਐ ਹਰਬੀਰ ਹੱਥੀਂ ਕਮਾਈ ਰੋਟੀ ਦਾ ਸਵਾਦ ਅੱਜ ਤੱਕ ਕਦੀ ਭੁੱਲ ਨਹੀਂ ਸਕਿਆ ਦਿਨਾਂ ਵਿੱਚ ਹੀ ਕਾਰੀਗਰ ਬਣ ਕੇ ਪੂਰੀ ਦਿਹਾੜੀ ਕਮਾਉਣ ਲੱਗਿਆ ਸੀ ਪਰ ਜਟਾਉ ਪੁਣਾ ਖਤਮ ਨਾ ਕਰ ਸਕਿਆ ਕਮ ਸਿੱਖਦੇ ਇੰਜੀਨੀਅਰਿੰਗ ਦੀ ਪੜ੍ਹਾਈ ਉਹਦੇ ਕੰਮ ਆਈ। ਕਦੇ-ਕਦੇ ਸਹੀ ਗਲਤ ਤੋਂ ਠੇਕੇਦਾਰ ਨਾਲ ਤਾਂ ਠਾਂ ਠਾਂ ਵੀ ਹੋ ਪੈਂਦਾ। ਪਰ ਠੇਕੇਦਾਰ ਗੁੱਸਾ ਨਾ ਕਰਦਾ। ਉਹਨੂੰ ਪਤਾ ਸੀ ਉਸ ਵਰਗਾ ਸਿਆਣਾ ਕਾਰੀਗਰ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਪੜ੍ਹਿਆ ਲਿਖਿਆ ਕਾਰੀਗਰ ਸੀ। ਸਾਰੀ ਰਾਤ ਠੇਕੇਦਾਰੀ ਕਰਨ ਦੀ ਉਦੇੜ ਬੁਣ ਚ ਕਦੋਂ ਅੱਖ ਲੱਗੀ ਪਤਾ ਹੀ ਨਾ ਲੱਗਾ। ਅਗਲੇ ਦਿਨ ਤਿਆਰ ਹੋ ਕੇ ਹਰਬੀਰ ਠੇਕੇਦਾਰ ਦੇ ਕਮਰੇ 'ਚ ਆ ਗਿਆ। ਨਵਾਂ ਕੰਮ ਕਿਸੇ ਵਿਦੇਸ਼ੋਂ ਆਏ ਬੰਦੇ ਦਾ ਸੀ ਠੇਕੇਦਾਰ ਨੇ ਹਰਬੀਰ ਨੂੰ ਨਕਸ਼ਾ ਫੜਾਉਂਦੇ ਆ ਕਿਆ ਮੁਕੰਮਲ ਰੂਪ ਵਿੱਚ ਸਾਰਾ ਕੰਮ ਤੂੰ ਕਰੇਗਾ ਮੈਂ ਸਿਰਫ ਚੱਕਰ ਹੀ ਮਾਰਨਾ ਮਜ਼ਦੂਰ ਨੂੰ ਠੇਕੇਦਾਰ ਨੇ ਹਮਾਇਤ ਕੀਤੀ ਆਜ ਤੋਂ ਬਰਾੜ ਕੋ ਮਿਸਤਰੀ ਨਹੀਂ ਠੇਕੇਦਾਰ ਜੀ ਕਰਕੇ ਬੁਲਾਣਾ ਸਮਝ ਗਏ ਜਿਵੇਂ ਠੇਕੇਦਾਰ ਨੇ ਤਾੜਨਾ ਕੀਤੀ ਹੋਵੇ ਇਹਨੇ ਨੂੰ ਠੇਕੇਦਾਰ ਦਾ ਇੱਕ ਪੁਰਾਣਾ ਬੰਦਾ ਲਫਾਫੇ 'ਚ ਲੱਡੂ ਲਈ ਆ ਗਿਆ ਠੇਕੇਦਾਰ ਨੇ ਹਰਬੀਰ ਨੂੰ ਲਫਾਫਾ ਫੜਾਉਂਦੇ ਆ ਕਿਆ ਲੇ ਬਈ ठेकेदार ਪਟਨੇ ਵਾਲੇ ਗੁਰੂ ਦਾ ਨਾਮ ਲੈ ਕੇ ਪ੍ਰਸ਼ਾਦ ਵੰਡ ਕੇ ਕੰਮ ਸ਼ੁਰੂ ਕਰ। ਹਰਬੀਰ ਨੇ ਰਾਮ ਵਿਲਾਸ ਠੇਕੇਦਾਰ ਵੱਲੋਂ ਮਿਲੇ ਹੌਸਲੇ ਨਾਲ ਪ੍ਰਸ਼ਾਦ ਵੰਡ ਕੇ ਕਿਸੇ ਵਿਸ਼ਵਾਸ ਨਾਲ ਲਬਾ ਲਬ ਹੋ ਕੇ ਨਵੀਂ ਕੱਟੀ ਪੁੱਡਾ ਕਲੋਨੀ ਦੇ ਚੌਥੇ ਸਪਲਾਟ 'ਚ ਕੰਮ ਸ਼ੁਰੂ ਕਰ ਦਿੱਤਾ। ਨਕਸ਼ੇ ਮੁਤਾਬਕੇ ਕੰਮ ਮਾੜੇ ਕਾਰੀਗਰ ਦੇ ਵਾਸਤਾ ਰੋਗ ਨਹੀਂ ਸੀ। 3-4 ਦਿਨਾਂ 'ਚ ਨੀਆਂ ਭਰੀਆਂ ਗਈਆਂ। ਅਚਾਨਕ ਇੱਕ ਦਿਨ ਹਰਬੀਰ ਨੇ ਆਪਣੇ ਧਿਆਨ ਕੰਮ ਕਰਦੇ ਆ ਸਿਰ ਤਾਂ ਚੁੱਕਿਆ ਸਾਹਮਣੇ ਕਾਲੀਆਂ ਐਨਕਾਂ ਲਾਈ ਕਲੀਨ ਸ਼ੇਵ ਨੌਜਵਾਨ ਜਿਵੇਂ ਜਾਣਿਆ ਪਛਾਣਿਆ ਲੱਗਿਆ ਨੌਜਵਾਨ ਐਨਕਾਂ ਲਾ ਕੇ ਹੱਸਦਿਆਂ ਕਹੇ ਬਰਾੜਾ ਪਛਾਣਿਆ ਨਹੀਂ ਇਹ ਤਾਂ ਬਾਜਵੇਆ ਦਾ ਬੰਟੀ ਆ ਜੋ ਪਲੱਸ 2 ਕਰਦੇ ਇਆਲਸ ਕਰਕੇ ਕੈਨੇਡਾ ਪੜ੍ਹਨ ਚਲਾ ਗਿਆ ਸੀ ਉਹ ਬੋਲੇ ਉਹ ਵੀਰੇ ਮੈਂ ਤਾਂ ਪਛਾਣਿਆ ਹੀ ਨਹੀਂ ਉੱਠਦਾ ਹਰਬੀਰ ਇੰਜ ਬੋਲਿਆ ਜਿਵੇਂ ਕੱਚਾ ਜਿਹਾ ਹੋ ਗਿਆ ਹੋਵੇ ਕਾਂਢੀ ਰੱਖ ਕੇ ਘੁੱਟ ਕੇ ਹੱਥ ਮਲਾਇਆ ਗੱਲਾਂ-ਬਾਤਾਂ ਕਰਦੇ ਆ ਆਪਣਾ ਆਪ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿਆ ਤੂੰ ਤਾਂ ਯਾਰ ਚੰਗਾ ਰਹਿ ਗਿਆ ਕੈਨੇਡਾ ਜਾ ਕੇ ਆਹ ਵੇਖ ਲੈ ਰਹਿ ਗਿਆ ਜੱਟ ਬਰਾੜ ਦਿਹਾੜੀਆਂ ਜੋਗਾ ਹਰਬੀਰ ਨੇ ਭਰੀਆਂ ਨੀਆਂ ਵੱਲ ਇਸ਼ਾਰਾ ਕੀਤਾ ਬੰਟੀ ਨੇ ਹਰਬੀਰ ਦੇ ਮੋਢੇ ਤੋਂ ਦੀ ਬਾਹਵਲਾ ਕੇ ਉਹਦੀ ਮਾਨਸਿਕਤਾ ਸਮਝਦਿਆਂ ਕਿਆ ਨਹੀਂ ਓਏ ਤੂੰ ਉਹਨਾਂ ਸਿੱਧੂਆਂ ਕਾਲੂਆਂ ਤੇ ਬਾਜਵੇਂਆਂ ਨਾਲੋਂ ਚੰਗਾ ਐ ਜੋ ਕੈਨੇਡਾ ਸਫਾਈਆਂ ਕਰਦੇ ਫਿਰਦੇ ਨੇ ਪੰਜਾਬ ਦੀਆਂ ਮੈਨੇਜਰੀਆਂ ਤੇ ਸਰਦਾਰੀਆਂ ਛੱਡ ਕੇ ਮੈਂ ਬੜੇ ਵੇਖੇ ਨੇ ਜ਼ਮੀਨਾਂ ਦੇ ਮਾਲਕ ਉਧਰ ਦਿਹਾੜੀਆਂ ਲਾਉਂਦੇ ਜਿਨ੍ਹਾਂ 'ਚ ਮੈਂ ਵੀ ਇੱਕ ਆ ਸਾਡੇ ਪੰਜਾਬੀਆਂ 'ਚੇ ਵੱਡੀ ਮਾਰ ਆ ਅਸੀਂ ਭੁੱਖੇ ਮਰਦੇ ਵੀ ਜੱਟ ਪੁਣੇ ਦੀ ਪੂਛ ਦਾ ਵੱਲ ਨਹੀਂ ਕੱਢਦੇ ਹੱਥੀਂ ਕਿਰਤ ਕਰਨੀ ਤਾਂ ਜਗਤ ਗੁਰੂ ਬਾਬੇ ਨੇ ਵੀ ਕਿਹਾ ਬੰਟੀ ਉਪਦੇਸ਼ਕ ਬਣਿਆ ਖੜਾ ਸੀ ਸਕੂਲ ਦੇ ਮਿੱਤਰ ਬੰਟੀ ਬਾਜਵੇ ਦੀਆਂ ਗੱਲਾਂ ਨੇ ਹਰਬੀਰ 'ਚੋਂ ਹੀਣਤਾ ਭਗਾ ਮਾਰੀ ਤੇ ਉਹ ਕੰਮ 'ਚ ਜੁਟ ਗਿਆ ਹਰਬੀਰ ਨੇ ਦਿਨਾਂ 'ਚ ਹੀ ਕੋਠੀ ਲੈਂਟਰ ਤੱਕ ਲੈ ਆਂਦੀ ਇਸ ਦੌਰਾਨ ਮਜ਼ਦੂਰਾਂ ਤੇ ਮਿਸਤਰੀਆਂ ਦੀ ਦਿਹਾੜੀ ਦੇਣ ਵਾਸਤੇ ਪੈਸੇ ਪਹਿਲਾਂ ਹੀ ਮਾਲਕ ਨੂੰ ਠੇਕੇਦਾਰ ਨੇ ਹਰਬੀਰ ਨੂੰ ਦੇਣ ਵਾਸਤੇ ਕਹਿਤਾ ਸੀ ਹਰਬੀਰ ਸਾਰਾ ਹਿਸਾਬ ਕਿਤਾਬ ਲਿਖ ਕੇ ਰੱਖਦਾ ਰਿਹਾ ਜਦੋਂ ਲੈਂਟਰ ਤੱਕ ਦਾ ਹਿਸਾਬ ਕੀਤਾ ਤਾਂ ਸਾਰਿਆਂ ਨੂੰ ਪੈਸੇ ਦੇ ਕੇ ਹਰਬੀਰ ਕੋਲ ਦਿਹਾੜੀ ਦੇ ਹਿਸਾਬ ਨਾਲ 4 ਗੁਣਾ ਬਚਤ ਹੋਈ ਸੀ ਹਰਬੀਰ ਨੇ ਸਾਰੀ ਬਚਤ ਠੇਕੇਦਾਰ ਰਾਮ ਵਿਲਾਸ ਅਗੇ ਰੱਖ ਦਿਆਂ ਗਿਆ ਲੈ ਵੀ ਠੇਕੇਦਾਰ ਜੋ ਮੇਰਾ ਬਣਦਾ ਮੈਨੂੰ ਦੇ ਦੇ ਨਹੀਂ ਹਰਬੀਰੇ ਇਹ ਸਭ ਤੇਰਾ ਹੈ ਤੂੰ ਨੇ ਕੰਮ ਕੀਆ ਮੈਂ ਬਿਹਾਰੀ ਪੁੱਤਰ ਹਾਂ ਮਿਹਨਤ ਕਰਕੇ ਲੇਤਾ ਹੂੰ ਇਹ ਤੇਰੀ ਮਿਹਨਤ ਹੈ ਤੇਰਾ ਕੰਮ ਦੇਖ ਕਰ ਔਰ ਕੰਮ ਵੀ ਮਿਲ ਗਿਆ ਤਕੜਾ ਹੋ ਕੇ ਕੰਮ ਕਰ ਮੈਂ ਤੇਰੇ ਸਾਥ ਹੂੰ ٹھੇਕੇਦਾਰ ਨੇ ਹਰਬੀਰ ਦੇ ਮੁੱਢੇ ਤੇ ਹੱਥ ਰੱਖਦੇ ਆਂ ਦਾਨਿਆਂ ਵਾਂਗ ਕਿਆ ਜੇ ਤੂੰ ਬਿਹਾਰੀ ਪੁੱਤ ਹੈ ਮੈਂ ਵੀ ਪੰਜਾਬੀ ਬਰਾੜ ਜੱਟ ਆ ਤੂੰ ਮੇਰਾ ਕੰਮ ਵੇਖਿਆ ਹੈ ਜੱਟ ਦੀ ਯਾਰੀ ਨਹੀਂ ਹਰਬੀਰ ਚੋਂ ਫਿਰ ਜੱਟ ਹੁੰਗਾਰ ਪਿਆ ਕਿਰਤੀ ਨੇ ਕਿਰਤੀ ਨੂੰ ਸਮਝਣ ਚ ਧੋਖਾ ਨਹੀਂ ਖਾਦਾ ਤੇਰੀ ਮੇਰੀ ਯਾਰੀ ਕਿਰਤ ਦੀ ਮਹਿਮਾ ਹੈ ਇਹ ਠੇਕੇਦਾਰੀ ਦਾ RAM ਤੇ ਬਰਾੜ ਦੀ ਇਕੱਠੀ ਚੱਲੂ ਹਾਂ ਹਿੱਸਾ ਬਰਾਬਰ ਦਾ ਠੋਕ ਕੇ ਲਵਾਂ ਵੇਖੀ ਕਿਤੇ ਹੁਣ ਦੌੜ ਨਾ ਜਾਏ ਜਿਵੇਂ ਹਰਬੀਰ ਨੇ ਯਾਰੀ ਲਈ ਇੱਕ ਠੋਕੀ ਹੋਵੇ ਠੇਕੇਦਾਰ RAM ਬਿਲਾਸ ਨੇ ਹਰਬੀਰ ਨੂੰ ਨਾਲ ਘੁੱਟ ਲਿਆ ਜਿਵੇਂ ਚਿਹਰਾਂ ਤੋਂ ਵਿਛੜੇ ਭਰਾ ਮਿਲੇ ਹੋਣ ਜਿੱਥੇ ਇਮਾਨਦਾਰੀ ਤੇ ਮਿਹਨਤ ਇਕੱਠੀਆਂ ਹੋ ਜਾਣ ਉਥੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਦਿਨਾਂ ਚ ਬਰਾੜ ਠੇਕੇਦਾਰ ਦੀ ਸ਼ਹਿਰ ਚ ਚੜਤ ਹੋ ਗਈ ਹਰੇਕ ਨਕਸ਼ਾ ਨਵੀਸ ਨਮਾਕਾਰ ਬਣਾਉਣ ਵਾਲੇ ਨੂੰ ਹਰਬੀਰ ਦੀ ਦੱਸ ਪਾਉਂਦਾ ਜਿੱਥੇ ਵੀ ਕੰਮ ਮਿਲਦਾ ਦੋਵੇਂ ਇਕੱਠੇ ਕਰਦੇ ਮਜ਼ਦੂਰਾਂ ਤੇ ਕਾਰੀਗਰਾਂ ਦਾ ਮਿਹਨਤਾਨਾ ਪੂਰਾ ਦਿੰਦੇ ਹਰੇਕ ਉਹਨਾਂ ਦੇ ਕੰਮ ਤੇ ਜਾਣਾ ਲੋਚਦਾ ਹੱਥੀ ਕੀਰਤ ਨੇ ਉਹਨਾਂ ਦਾ ਵਿਸ਼ਵਾਸ ਹੋਰ ਪਕੇਰਾ ਕਰ ਦਿੱਤਾ ਹਰਬੀਰ ਤੇ ਰਾਮ ਵਿਲਾਸ ਦੀ ਯਾਰੀ ਤੇ ਪਿਆਲੀ ਅਜੇ ਆ ਰੰਗ ਲਿਆਈ ਕਿ ਸਰਕਾਰੀ ਉਸਾਰੀ ਦੇ ਟੈਂਡਰ ਵੀ ਆਉਣ ਲੱਗ ਪਏ ਦਿਨਾਂ ਚ ਹੀ ਲਹਿਰਾਂ ਬਹਿਰਾਂ ਹੋ ਗਈਆਂ ਹਰबीर ਨੇ ਸ਼ਹਿਰ ਚੀ ਜੀਟੀ ਰੋਡ ਤੇ ਇੱਕ ਪਲਾਟ ਖਰੀਦ ਕੇ ਦੁਕਾਨਾ ਉਸਾਰ ਲਈਆ ਸਰਕਾਰੀ ਕੰਮ ਲੈਣ ਵਾਸਤੇ ਠੇਕੇਦਾਰੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਲੈ ਲਿਆ RAM ਵਿਲਾਸ ਨਾਲ ਸਲਾਹ ਕਰਕੇ ਦੁਕਾਨ ਦਾ ਉਦਘਾਟਨ ਰੱਖ ਲਿਆ ਤਾਂ ਕਿ ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਜਾਏ ਰਿਸ਼ਤੇਦਾਰ ਤੇ ਸ਼ਹਿਰ ਦੇ ਪ੍ਰਮੁੱਖ ਬੰਦਿਆਂ ਤੋਂ ਇਲਾਵਾ ਸਿੱਧੂ ਸਰਦਾਰ ਨੂੰ ਵਿਸ਼ੇਸ਼ ਨਿਯੋਤਾ ਹਰबीर ਨੇ ਆਪ ਜਾ ਕੇ ਦਿੱਤਾ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕਰਕੇ ਲੱਗੇ ਦੁਕਾਨ ਦੇ ਬੋਰਡ ਤੋਂ ਪਰਦਾ ਹਟਾਇਆ ਗਿਆ ਜਦੋਂ ਲੋਕਾਂ ਨੇ ਰਾਮ ਵਿਲਾਸ ਐਂਡ ਬਰਾਡ ਕੰਸਟਰਕਸ਼ਨ ਕੰਪਨੀ ਦਾ ਬੋਰਡ ਪੜਿਆ ਤਾਂ ਸਣੇ ਰਾਮ ਵਿਲਾਸ ਸਾਰੇ ਹੈਰਾਨ ਰਹਿ ਗਏ ਕਿਉਂਕਿ ਇਹ ਨਿੱਗਰਿਆਰੀ ਦੀ ਅਜਿਹੀ ਮਿਸਾਲ ਸੀ ਜਿਸ ਨਾਲ ਸਿੱਧੂ ਸਰਦਾਰ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ ਸੀ ਜਿਨੇ ਯਾਰ ਦੀ ਪਿੱਠੇ 'ਚ ਛੁਰਾ ਮਾਰਿਆ ਸੀ ਪਰ ਯਾਰ ਹਰਬੀਰ ਵੱਲੋਂ ਮਿਲੇ ਪਿਆਰ ਕਰਕੇ ਪਰਦੇਸੀ ਯਾਰ ਰਾਮ ਵਿਲਾਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ ਜੋ ਸ਼ਾਇਦ ਹਰਬੀਰ ਤੋਂ ਬਗੈਰ ਕਿਸੇ ਨੇ ਨਹੀਂ ਵੇਖੇ ਧੰਨਵਾਦ